ਜਦੋਂ ਮੈਂ ਸਾਹਿਬ ਪਿਛਲੀ ਮੀਟਿੰਗ ਚ ਤੁਸੀਂ ਕਿਹਾ ਸੀ ਪਾਰਟੀ ਦੇ ਦਫ਼ਤਰ ਹੁਣ ਜਾ ਕੇ ਮੀਟਿੰਗਾਂ ਕਰਾਂਗੇ, ਉਹ ਸਾਡਾ ਦਫ਼ਤਰ ਹੈ, ਕਿਸੇ ਹੋਰ ਦਾ ਨਹੀਂ ਹੈ, ਸਾਰੇ ਅਕਾਲੀ ਦਲ ਦਾ, ਤਾਂ ਪਾਰਟੀ ਦਫ਼ਤਰ ਵੀ ਆਉਣ ਵਾਲੇ ਸਮੇਂ ਚ ਮੀਟਿੰਗਾਂ ਹੋਣਗੀਆਂ? ਪਹਿਲੀ ਗੱਲ ਤਾਂ ਇਹ ਸੀ ਕਿ ਇਹ ਹੀ ਨਹੀਂ ਸੀ ਵੀ ਅਸੀਂ ਉਹ ਦਫ਼ਤਰ ਮੀਟਿੰਗਾਂ ਕਰਾਂਗੇ, ਇਹ ਮੇਰਾ ਤੁਸੀਂ ਕਿਹਾ ਸੀ ਇੱਕ ਦਿਨ ਕਿ ਉਹ ਦਫ਼ਤਰ ਸਾਡਾ ਵਾ, ਉਹ ਕਿਸੇ ਹੋਰ ਦਾ ਨਹੀਂ ਹੈ, ਕਿਸੇ ਇੱਕ ਪਰਿਵਾਰ ਦਾ ਨਹੀਂ ਹੈ। ਦਫ਼ਤਰ ਦੀ ਗੱਲ ਹੈ, ਜਿੱਥੇ ਤੱਕ ਤਾਂ ਅਕਾਲੀ ਦਲ ਦਾ ਦਫ਼ਤਰ ਸੀ, ਅੱਜ ਵੀ ਕਹਿੰਦੇ ਅਕਾਲੀ ਦਲ ਦਾ ਦਫ਼ਤਰ ਆ, ਤੁਸੀਂ ਅਕਾਲੀ ਦਲ? ਹਾਂ, ਅਕਾਲੀ ਦਲ ਦੀ, ਅਕਾਲੀ ਦਲ ਦੀ ਮੀਟਿੰਗ ਕਰ ਸਕਦੇ ਹੋ? ਮੀਟਿੰਗ ਜਿਹੜੀ ਆ, ਅਸੀਂ ਜਿਹੜੀ ਮੀਟਿੰਗ ਆ ਇੱਥੇ ਰੱਖੀ ਸੀ, ਜਿਹੜੀ ਮੀਟਿੰਗ ਅਸੀਂ ਇੱਥੇ ਰੱਖੀ ਆ, 8 ਦਿਨ ਦਾ ਨੋਟਿਸ ਦਿਆ ਵਾ, ਸਾਰਿਆਂ ਨੂੰ ਸੁਨੇਹੇ ਆਏ ਪਏ ਆ। ਇਹਦਾ ਕਿਸੇ ਨੇ ਸ਼ਰਾਰਤ ਨਾਲ ਅੱਜ ਵੀ ਐਵੇਂ ਲੋਕਾਂ 'ਚ ਹਵੜਾ ਦਬੜੀ ਮਚਾਉਣ ਵਾਸਤੇ ਸ਼ਰਾਰਤ ਕਰਤੀ ਕਿਸੇ ਨੇ, ਮੀਡੀਆ ਨੇ ਕਰਤੀ ਜਾਂ ਕਿਹਨੇ ਕਰਤੀ, ਫਿਰ ਉਹਨਾਂ ਨੇ ਮੀਟਿੰਗ ਸੱਦ ਲਈ ਉੱਧਰ, ਉਹਨਾਂ ਨੇ ਪੈਰਲਲ ਉਹਨਾਂ ਦਾ ਸਾਡੇ ਉਹਨਾਂ ਦੀ ਮੀਟਿੰਗ ਦਾ ਸਾਨੂੰ ਨਹੀਂ ਪਤਾ। ਉਹ ਦੇਖੋ ਹਰ ਬੰਦੇ ਨੇ ਮੀਟਿੰਗਾਂ ਕਰਨੀਆਂ, ਮੀਟਿੰਗਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਵੀ ਰੱਖੀ ਹੋਈ ਆ, ਸੋ ਇਹ ਤਾਂ ਇੱਕ ਐਵੇਂ ਨਾ ਮਤਲਬ ਜਿਹੜੀ ਇੱਕ ਸ਼ਰਾਰਤ ਭਰਪੂਰਨ ਮਤਲਬ ਅਸੀਂ ਕਿ ਤੁਸੀਂ ਇੱਕ ਇੰਟਰਵਿਊ 'ਚ ਕਿਹਾ ਸੀਗਾ ਉਹ ਦਫ਼ਤਰ ਸਾਰੇ ਅਕਾਲੀ ਦਲ ਦਾ ਵੈ, ਅਸੀਂ ਵੀ ਉੱਥੇ ਬੈਠਾਂਗੇ ਜਾਵਾਂਗੇ, ਉਹ ਕਿਸੇ ਇੱਕ ਪਰਿਵਾਰ ਦਾ ਨਹੀਂ, ਤੁਸੀਂ ਇਹ ਗੱਲ ਕਹੀ? ਜਿਹੜੀ ਗੱਲ ਇਹ ਆ ਵੀ ਅਸੀਂ ਇਹ ਜ਼ਰੂਰ ਕਿਹਾ ਵੀ ਪਾਰਟੀ ਦਾ ਦਫ਼ਤਰ ਆ, ਅਕਾਲੀ ਦਲ ਦਾ ਦਫ਼ਤਰ ਆ, ਪਰ ਅਸੀਂ ਇਹ ਥੋੜ੍ਹਾ ਕਿਹਾ ਵੀ ਅਸੀਂ ਉੱਥੇ ਜਾ ਕੇ ਧੱਕੇ 'ਤੇ ਮੀਟਿੰਗਾਂ ਕਰਾਂਗੇ, ਇਹ ਕਰਾਂਗੇ। ਜਿਹੜਾ ਦਫ਼ਤਰ ਦਾ ਇੱਕ ਕਾਇਦਾ ਕਾਨੂੰਨ ਹੁੰਦਾ ਕਿ ਸਿਸਟਮ ਹੁੰਦਾ, ਅਤੇ ਉਹ ਸਿਸਟਮ ਨੂੰ ਥੋੜ੍ਹਾ ਅਸੀਂ ਤੋੜਨਾ ਚਾਹੁੰਦੇ ਹਾਂ। ਉਹ ਕਹਿੰਦੇ ਕਿ ਸਾਰੇ ਵਿੰਗ ਨੇ ਇਹ ਕਿਹਾ ਕਿ ਸੁਖਬੀਰ ਬਾਦਲ ਹੀ ਪ੍ਰਧਾਨ ਰਹਿਣ, ਇਹ ਤਾਂ ਕਮਜ਼ੋਰ ਕਰ ਰਹੇ ਅਕਾਲੀ ਦਲ। ਦੇਖੋ ਵਿੰਗਾਂ ਨੇ ਭਾਵੇਂ ਜੋ ਮਰਜ਼ੀ ਕਿਹਾ, ਸਾਡਾ ਕਹਿਣਾ ਵੀ ਲੋਕਾਂ ਦਾ ਫਤਵਾ, ਪਬਲਿਕ ਦਾ ਮਤਲਬ ਫਤਵਾ, ਜਿਹੜਾ ਜਨਤਾ ਦਾ ਫਤਵਾ, ਉਹ ਅਕਾਲੀ ਦਲ ਦੇ ਉਲਟ ਆ ਰਿਹਾ, ਵਾਰ ਵਾਰ ਆ ਰਿਹਾ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਪੰਜ ਵਾਰੀ ਆਇਆ। ਹੁਣ ਜਲੰਧਰ ਦੀ ਇਲੈਕਸ਼ਨ ਤਾਂ ਜਮੀ ਸਿਰੇ ਹੇਠ ਨਹੀਂ ਲਾਤੇ, ਹਾਥੀ ਨੂੰ ਵੀ ਲੈ ਡੁੱਬੇ ਵਿਚਾਰੇ ਨੂੰ, ਤੇ 732 ਵੋਟਾਂ ਮਿਲੀਆਂ। ਸੋ ਇਹੀ ਚਿੰਤਾ, ਇਹੀ ਫਿਕਰ ਆ, ਇਹੀ ਗੱਲ ਸਾਨੂੰ ਮਤਲਬ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਇਹਦੀ ਚਿੰਤਾ ਕਰਨੀ ਚਾਹੀਦੀ ਆ। ਇਹੀ ਜਿਹੜੀ ਅੱਜ ਦੀ ਮੀਟਿੰਗ ਆ, ਇਹੀ ਸਾਡੀ ਉਸ ਮੀਟਿੰਗ ਦੇ ਉਹਦੇ ਹਿਸਾਬ ਨਾਲ ਹੀ ਅਸੀਂ ਚਿੰਤਾ ਲਈ ਬੁਲਾਈ ਆ ਵੀ ਅਕਾਲੀ ਦਲ ਜਿਹੜਾ ਇੰਨਾ ਡੂੰਘਾਈ ਡਿੱਗ ਪਿਆ, ਇਹਨੂੰ ਕਿਵੇਂ ਉੱਪਰ ਚੁੱਕੀਏ? ਕਹਿੰਦੇ ਝੁੰਦਾ ਕਮੇਟੀ ਵੀ ਡਿਸਕਸ ਹੋਏਗੀ, ਔਰ ਉਸ ਕਮੇਟੀ 'ਚ ਕਿਹਾ ਸੀ ਪ੍ਰਧਾਨ ਉਤਾਰੋ, ਔਰ ਇਸ ਗੱਲ ਨੂੰ ਲੈ ਕੇ ਡਿਸਕਸ ਹੋਏਗੀ, ਔਰ ਗਿਆਨੀ ਹਰਪ੍ਰੀਤ ਸਿੰਘ ਹੋਰ ਧਾਰਮਿਕ ਪੱਖੋਂ ਵੀ ਹਰ ਪੱਖੋਂ ਸੂਟ ਕਰਦੇ, ਉਹਨਾਂ ਦਾ ਨਾਮ ਮੋਹਰੀ ਚੱਲ ਰਿਹਾ। ਪਰ ਅਜੇ ਨਾਂ ਤਾਂ ਕਿਸੇ ਦਾ ਨਹੀਂ ਅਸੀਂ ਕਹਿ ਸਕਦੇ, ਪਰ ਅਸੀਂ ਜ਼ਰੂਰ ਕਹਿੰਦੇ ਹਾਂ ਵੀ ਜਿਹੜੇ ਸਭ ਨੂੰ ਐਕਸੈਪਟੇਬਲ ਹੋਣ, ਅਤੇ ਅੱਜ ਦੇ ਸਥਿਤੀ 'ਚੋਂ, ਇਸ ਸੰਕਟ 'ਚੋਂ ਪਾਰਟੀ ਨੂੰ ਕੱਢ ਸਕੇ, ਉਹ ਬੰਦੇ ਨੂੰ ਅਗਵਾਈ ਦੇ ਦੇਣੀ ਚਾਹੀਦੀ ਹੈ, ਤਾਂ ਕਿ ਮਤਲਬ ਜਿਹੜੀ ਪੰਥਕ ਸੋਚ ਆ, ਪੰਥ ਦਾ ਲੋਕਾਂ ਦਾ ਫਤਵਾ, ਉਹਨੂੰ ਸਵੀਕਾਰਿਆ ਜਾਵੇ। ਜਦੋਂ ਮੈਂ ਸਾਹਿਬ ਪਿਛਲੀ ਮੀਟਿੰਗ 'ਚ ਤੁਸੀਂ ਕਿਹਾ ਸੀ ਪਾਰਟੀ ਦੇ ਦਫ਼ਤਰ ਹੁਣ ਜਾ ਕੇ ਮੀਟਿੰਗਾਂ ਕਰਾਂਗੇ, ਉਹ ਸਾਡਾ ਦਫ਼ਤਰ ਹੈ, ਕਿਸੇ ਹੋਰ ਦਾ ਨਹੀਂ ਹੈ, ਸਾਰੇ ਅਕਾਲੀ ਦਲ ਦਾ, ਤਾਂ ਪਾਰਟੀ ਦਫ਼ਤਰ ਵੀ ਆਉਣ ਵਾਲੇ ਸਮੇਂ 'ਚ ਮੀਟਿੰਗਾਂ ਹੋਣਗੀਆਂ? ਪਹਿਲੀ ਗੱਲ ਤਾਂ ਇਹ ਸੀ ਕਿ ਇਹ ਨਹੀਂ ਸੀ ਵੀ ਅਸੀਂ ਉਹ ਦਫ਼ਤਰ ਮੀਟਿੰਗਾਂ ਕਰਾਂਗੇ, ਇਹ ਮੇਰਾ ਤੁਸੀਂ ਕਿਹਾ ਸੀ ਇੱਕ ਦਿਨ ਕਿ ਉਹ ਦਫ਼ਤਰ ਸਾਡਾ ਵੈ, ਉਹ ਕਿਸੇ ਹੋਰ ਦਾ ਨਹੀਂ ਹੈ, ਕਿਸੇ ਇੱਕ ਪਰਿਵਾਰ ਦਾ ਨਹੀਂ ਹੈ। ਦਫ਼ਤਰ ਦੀ ਗੱਲ ਹੈ, ਜਿੱਥੇ ਤੱਕ ਤਾਂ ਅਕਾਲੀ ਦਲ ਦਾ ਦਫ਼ਤਰ ਸੀ, ਅੱਜ ਵੀ ਕਹਿੰਦੇ ਅਕਾਲੀ ਦਲ ਦਾ ਦਫ਼ਤਰ ਆ, ਤੁਸੀਂ ਅਕਾਲੀ ਦਲ? ਹਾਂ, ਅਕਾਲੀ ਦਲ ਦੀ, ਅਕਾਲੀ ਦਲ ਦੀ ਮੀਟਿੰਗ ਕਰ ਸਕਦੇ ਹੋ? ਮੀਟਿੰਗ ਜਿਹੜੀ ਆ, ਅਸੀਂ ਜਿਹੜੀ ਮੀਟਿੰਗ ਆ ਇੱਥੇ ਰੱਖੀ ਸੀ, ਜਿਹੜੀ ਮੀਟਿੰਗ ਅਸੀਂ ਇੱਥੇ ਰੱਖੀ ਆ, 8 ਦਿਨ ਦਾ ਨੋਟਿਸ ਦਿਆ ਵਾ, ਸਾਰਿਆਂ ਨੂੰ ਸੁਨੇਹੇ ਆਏ ਪਏ ਆ। ਇਹ ਤਾਂ ਕਿਸੇ ਨੇ ਸ਼ਰਾਰਤ ਨਾਲ ਅੱਜ ਵੀ ਐਵੇਂ ਲੋਕਾਂ 'ਚ ਹਵੜਾ ਦਬੜੀ ਮਚਾਉਣ ਵਾਸਤੇ ਸ਼ਰਾਰਤ ਕਰਤੀ ਕਿਸੇ ਨੇ, ਮੀਡੀਆ ਨੇ ਕਰਤੀ ਜਾਂ ਕਿਹਨੇ ਕਰਤੀ, ਫਿਰ ਉਹਨਾਂ ਨੇ ਮੀਟਿੰਗ ਸੱਦ ਲਈ ਉੱਧਰ, ਉਹਨਾਂ ਨੇ ਪੈਰਲਲ ਉਹਨਾਂ ਦੀ ਮੀਟਿੰਗ ਦਾ ਸਾਨੂੰ ਨਹੀਂ ਪਤਾ। ਉਹ ਦੇਖੋ ਹਰ ਬੰਦੇ ਨੇ ਮੀਟਿੰਗਾਂ ਕਰਨੀਆਂ, ਮੀਟਿੰਗਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਵੀ ਰੱਖੀ ਹੋਈ ਆ, ਸੋ ਇਹ ਤਾਂ ਇੱਕ ਐਵੇਂ ਨਾ ਮਤਲਬ ਜਿਹੜੀ ਇੱਕ ਸ਼ਰਾਰਤ ਭਰਪੂਰਨ ਮਤਲਬ ਅਸੀਂ ਕਿ ਤੁਸੀਂ ਇੱਕ ਇੰਟਰਵਿਊ 'ਚ ਕਿਹਾ ਸੀਗਾ ਉਹ ਦਫ਼ਤਰ ਸਾਰੇ ਅਕਾਲੀ ਦਲ ਦਾ ਵੈ, ਅਸੀਂ ਵੀ ਉੱਥੇ ਬੈਠਾਂਗੇ ਜਾਵਾਂਗੇ, ਉਹ ਕਿਸੇ ਇੱਕ ਪਰਿਵਾਰ ਦਾ ਨਹੀਂ, ਤੁਸੀਂ ਇਹ ਗੱਲ ਕਹੀ? ਜਿਹੜੀ ਗੱਲ ਇਹ ਆ ਵੀ ਅਸੀਂ ਇਹ ਜ਼ਰੂਰ ਕਿਹਾ ਵੀ ਪਾਰਟੀ ਦਾ ਦਫ਼ਤਰ ਆ, ਅਕਾਲੀ ਦਲ ਦਾ ਦਫ਼ਤਰ ਆ, ਪਰ ਅਸੀਂ ਇਹ ਥੋੜ੍ਹਾ ਕਿਹਾ ਵੀ ਅਸੀਂ ਉੱਥੇ ਜਾ ਕੇ ਧੱਕੇ 'ਤੇ ਮੀਟਿੰਗਾਂ ਕਰਾਂਗੇ, ਇਹ ਕਰਾਂਗੇ। ਜਿਹੜਾ ਦਫ਼ਤਰ ਦਾ ਇੱਕ ਕਾਇਦਾ ਕਾਨੂੰਨ ਹੁੰਦਾ ਕਿ ਸਿਸਟਮ ਹੁੰਦਾ, ਅਤੇ ਉਹ ਸਿਸਟਮ ਨੂੰ ਥੋੜ੍ਹਾ ਅਸੀਂ ਤੋੜਨਾ ਚਾਹੁੰਦੇ ਹਾਂ। ਉਹ ਕਹਿੰਦੇ ਕਿ ਸਾਰੇ ਵਿੰਗ ਨੇ ਇਹ ਕਿਹਾ ਕਿ ਸੁਖਬੀਰ ਬਾਦਲ ਹੀ ਪ੍ਰਧਾਨ ਰਹਿਣ,
ਇਹ ਤਾਂ ਕਮਜ਼ੋਰ ਕਰ ਰਹੇ ਅਕਾਲੀ ਦਲ। ਦੇਖੋ ਵਿੰਗਾ ਨੇ ਭਾਵੇਂ ਜੋ ਮਰਜ਼ੀ ਕਿਹਾ, ਸਾਡਾ ਕਹਿਣਾ ਵੀ ਲੋਕਾਂ ਦਾ ਫਤਵਾ, ਪਬਲਿਕ ਦਾ ਮਤਲਬ ਫਤਵਾ, ਜਿਹੜਾ ਜਨਤਾ ਦਾ ਫਤਵਾ, ਉਹ ਅਕਾਲੀ ਦਲ ਦੇ ਉਲਟਾ ਰਿਹਾ, ਬਾਰ ਬਾਰ ਆ ਰਿਹਾ, ਇੱਕ ਵਾਰ ਨੀ, ਦੋ ਵਾਰ ਨੀ, ਪੰਜ ਵਾਰੀ ਆਇਆ। ਹੁਣ ਜਲੰਧਰ ਦੀ ਇਲੈਕਸ਼ਨ ਤਾਂ ਜਮੀ ਸਿਰੇ ਹੇਠ ਨਹੀਂ ਲਾਤੇ, ਹਾਥੀ ਨੂੰ ਮਿਲਿਆ ਡੁੱਬੇ ਵਿਚਾਰੇ ਨੂੰ, ਤੇ 732 ਵੋਟਾਂ ਮਿਲੀਆਂ। ਤੋ ਇਹੀ ਚਿੰਤਾ, ਇਹੀ ਫਿਕਰ ਆ, ਇਹੀ ਗੱਲ ਸਾਨੂੰ ਮਤਲਬ ਅਸੀਂ ਬਾਰ ਬਾਰ ਕਹਿੰਦੇ ਹਾਂ ਵੀ ਇਹਦੀ ਚਿੰਤਾ ਕਰਨੀ ਚਾਹੀਦੀ ਆ। ਇਹੀ ਜਿਹੜੀ ਅੱਜ ਦੀ ਮੀਟਿੰਗ ਆ, ਇਹੀ ਸਾਡੀ ਉਸ ਮੀਟਿੰਗ ਦੇ ਉਹਦੇ ਹਿਸਾਬ ਨਾਲ ਹੀ ਅਸੀਂ ਚਿੰਤਾ ਲਈ ਬੁਲਾਈ ਆ ਵੀ ਅਕਾਲੀ ਦਲ ਜਿਹੜਾ ਇੰਨਾ ਡੂੰਘਾਈ ਡਿੱਗ ਪਿਆ, ਇਹਨੂੰ ਕਿਵੇਂ ਉੱਪਰ ਚੁੱਕੀਏ। ਕਹਿੰਦੇ ਝੁੰਦਾ ਕਮੇਟੀ ਵੀ ਡਿਸਕਸ ਹੋਏਗੀ, ਔਰ ਉਸ ਕਮੇਟੀ 'ਚ ਕਿਹਾ ਸੀ ਪ੍ਰਧਾਨ ਉਤਾਰੋ, ਔਰ ਇਸ ਗੱਲ ਨੂੰ ਲੈ ਕੇ ਡਿਸਕਸ ਹੋਏਗੀ। ਔਰ ਗਿਆਨੀ ਹਰਪ੍ਰੀਤ ਸਿੰਘ ਹੋਰ ਧਾਰਮਿਕ ਪੱਖੋਂ ਵੀ ਹਰ ਪੱਖੋਂ ਸੂਟ ਕਰਦੇ, ਉਹਨਾਂ ਦਾ ਨਾਮ ਮੋਹਰੀ ਚੱਲ ਰਿਹਾ। ਅਜੇ ਨਾਂ ਤਾਂ ਕਿਸੇ ਦਾ ਨਹੀਂ ਅਸੀਂ ਕਹਿ ਸਕਦੇ, ਪਰ ਅਸੀਂ ਜ਼ਰੂਰ ਕਹਿੰਦੇ ਹਾਂ ਵੀ ਜਿਹੜੇ ਸਭ ਨੂੰ ਐਕਸੈਪਟੇਬਲ ਹੋਣ ਅਤੇ ਅੱਜ ਦੇ ਸਥਿਤੀ 'ਚੋਂ, ਇਸ ਸੰਕਟ 'ਚੋਂ ਪਾਰਟੀ ਨੂੰ ਕੱਢ ਸਕੇ, ਉਹ ਬੰਦੇ ਨੂੰ ਅਗਵਾਈ ਦੇ ਦੇਣੀ ਚਾਹੀਦੀ ਹੈ, ਤਾਂ ਕਿ ਮਤਲਬ ਜਿਹੜੀ ਪੰਥਕ ਸੋਚ ਆ, ਪੰਥ ਦਾ ਲੋਕਾਂ ਦਾ ਫਤਵਾ, ਉਹਨੂੰ ਸਵੀਕਾਰਿਆ ਜਾਵੇ।